बिस्मिल्लाहिर्रहमान रहीम। अस्सलाम वालेकुम दोस्तों, उम्मीद करते हैं तुम ठीक हो। अज्ज करते ब्लॉग शुरू। तो दोस्तों आज से मैं मेहताब होटल में हैं समुंदरी, क्योंकि साढ़े जो सीनियर हैं ना वो रिटायर हो रहे हैं। मिस्टर तबारक अली साहब उन्होंने अलविदाई पार्टी के असं इतने समुंदरी आए हुए हैं, तो सारे दोस्त भी आए हुए थे। इंशाल्लाह तआला 1:30 बजे का टाइम उत्थे असीं उन्हां दी अलविदाई पार्टी जिहड़ी है ना अल मेहताब होटल समुंदरी के मौजूद हैं। असीं इस टाइम इंशाल्लाह तआला साहब भी आने वाले, तो फिर उन्हों का अलविदाई जी तकरीब होगी वह इफ्तिताह करांगे इंशाल्लाह तआला। तो कुछ देर तक आने वाले, तो एक दफ़ा तुम्हें जो असी सैटअप किया हो होटल हाल बुक किया हो एक दफ़ा व्यू चैक करवा देने। बेसमेंट के साडा हाल बुक है जी, उसे असं जा रहे हैं। हाँ देखो माशाल्लाह जी सारे दोस्त जिहड़े साढ़े ने आ चुके ने। विकास भाई सारे दोस्त सेल्फी वगैरह लै रहे हैं, दूसरे सारे दोस्त जिहड़े ने। तो यह साडा स्टेज है जी माशाल्लाह जिहड़ा असी तैयार किया होया वा एक। तो हाँ जी दोस्तों सारे दोस्त है पहुँचे हुए हैं इतने साढ़े नाल, मेरे दोस्त कलीग ने मेरे सारे भाई, तो कुछ जिहड़े साढ़े सीनियर दोस्त ने इधर बैठे हुए हैं, कुछ है दोस्त ने कुछ उधर ने। अरसलान भाई करो फदील सरोज, तो यह देखो माशाल्लाह सारे ही इन्होंने नाल। एक मिनट एक मिनट। अस्सलाम वालेकुम शानी भाई, की हाल ने? ठीक ठाक कि बड़ा एहसान अभी बड़ा प्रोग्राम से बड़ा प्रोटोकॉल दे रहे हैं तबारक साहब। इंशाल्लाह जिंदगी जान वाली रूटीन बनावांगे सारे रिटायर हो डीएसपी साहब। हाँ जी आ जाओ। हाँ जी सर आ जाओ। तबारक साहब जी राव भी साढ़े आ गए साढ़े डॉक्टर साहब जोड़े आना वो नहीं आए उन्हों का इंतजार हो रहा वा। तो यह दोस्त सारे वैक्सीनेटर खूब इंजॉय करते पे है। भाई चरोत भाई है सारे साढ़े कलीग है जी माशाल्लाह, मेरे कलीग है नाल दे अरसलान भाई फैसल वजीर साजिद असलाम शकल पूरी आ रही टेंशन ना लो तुम। हेलो
ਸੋ ਇੱਥੇ ਹੁਣ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਸਾਡੇ ਜਿਹੜੇ ASP ਸਾਹਿਬ ਸੀ ਨਾ, ਸਾਡੇ ਜਿਹੜੇ ਉਸਤਾਦ ਮੋਹਤਰਮ ਸੀ, ਉਹ ਅੱਜ ਰਿਟਾਇਰ ਹੋਏ, ਤਕਰੀਬਨ 60 ਸਾਲ ਉਹਨਾਂ ਦੀ ਉਮਰ ਹੋ ਗਈ, ਰਿਟਾਇਰ ਹੋ ਰਹੇ ਨੇ, ਉਹ ਸੈਂਟਰ 'ਚ ਬੈਠੇ ਹੋਏ ਨੇ ਤਬਾਰਕ ਸਾਹਿਬ, ਅਤੇ ਇਹ ਅੱਜ ਅਲਵਿਦਾਈ ਪਾਰਟੀ ਹੈ ਤਬਾਰਕ ਸਾਹਿਬ ਦੀ, ਕਿਉਂਕਿ ਉਹ ਅੱਜ ਰਿਟਾਇਰ ਹੋ ਰਿਹਾ, ਅਤੇ ਇਹ ਤਹਿਸੀਲ ਸਮੁੰਦਰੀ ਦੇ ਸਾਰੇ ਵੈਕਸੀਨੇਟਰ, ਕਿਉਂਕਿ ਮੈਂ ਵੀ ਇੱਕ ਵੈਕਸੀਨੇਟਰ ਦੀ ਜੋਬ ਕਰਦਾ ਪਿਆ ਤਹਿਸੀਲ ਸਮੁੰਦਰੀ ਦੇ ਵਿੱਚ, ਅਤੇ ਸਾਰੇ ਦੋਸਤ ਆ ਗਏ ਨੇ, ਹੁਣ ਸਿਰਫ ਡਾਕਟਰ ਸਾਹਿਬ ਦਾ ਇੰਤਜ਼ਾਰ ਹੈ, ਜਿਹੜੇ ਸਾਡੇ ਡਿਊਟੀ ਸਾਹਿਬ ਦੇ ਤਹਿਸੀਲ ਸਮੁੰਦਰੀ ਦੇ, ਉਹ ਆ ਗਏ, ਅਤੇ ਉਹਦੇ ਬਾਅਦ ਤਾਂ ਫਿਰ ਤਕਰੀਬ ਸ਼ੁਰੂ ਹੋਏਗੀ, ਤਲਾਬਤ ਕਰਨੇ ਨਾਲ ਪਰਕਰਾਨੀ ਪਾਕ ਹੋਏਗੀ, ਨਾ ਸ਼ਰੀਫ ਹੋਏਗੀ, ਔਰ ਉਹ ਤੋਂ ਬਾਅਦ ਖਾਣਾ ਹੋਏਗਾ, ਅਤੇ ਕੁਛ ਦੋਸਤ ਅਜੇ ਆਏ ਨਹੀਂ ਆ, ਉਹਨਾਂ ਦਾ ਇੰਤਜ਼ਾਰ ਹੋ ਰਿਹਾ ਵਾ। ਅਤੇ ਹਾਂਜੀ ਦੋਸਤੋ, ਇਹ ਨੇ ਮੇਰੇ ਭਾਈ, ਮੇਰੇ ਕਲੀਗ ਨੇ ਅਰਸਲਾਨ ਜ਼ਫਰ ਸਾਹਿਬ, ਅਤੇ ਇਹ ਮੇਰੇ ਤੋਂ ਸੀਨੀਅਰ ਨੇ, ਅਤੇ ਇਹ ਅੱਜ ਨਾ ਸਾਡੇ ASP ਸਾਹਿਬ ਰਿਟਾਇਰ ਹੋ ਰਹੇ ਆ, ਅਤੇ ਉਹਨਾਂ ਦੀ ਅਲਵਿਦਾਈ ਪਾਰਟੀ ਵਿੱਚ ਅਸੀਂ ਸਾਰੇ ਦੋਸਤ ਇੱਥੇ, ਸਾਰੇ ਕਲੀਗ ਸਾਡੇ ਇਕੱਠੇ ਹੋਏ ਨੇ। ਅਤੇ ਹਾਂਜੀ ਅਰਸਲਾਨ ਭਾਈ, ਤੁਸੀਂ ਹੁਣ ਸਾਨੂੰ ਦੱਸੋ, ਅਤੇ ਆਉਣ ਵਾਲੇ ਵਿਅਕਤੀ ਜਿਹੜੇ ਸਾਡੇ ASP ਕੌਣ ਨੇ, ਅਤੇ ਤੁਹਾਡਾ ਇਹਨਾਂ ਨਾਲ ਕੈਸਾ ਟਾਈਮ ਗੁਜ਼ਰਿਆ ਤਬਾਰਕ ਸਾਹਿਬ ਦੇ ਨਾਲ? ਤਬਾਰਕ ਸਾਹਿਬ ਨਾਲ ਕੈਸੇ ਬੰਦੇ ਨੇ? 8 ਸਾਲ ਹੋ ਗਏ ਆ, ਇਹ ਹਰ ਬੰਦੇ ਦੇ ਟਾਈਮ ਆਉਣਾ, ਇਨਸ਼ਾਅੱਲਾ ਅਸੀਂ ਅੱਛੀ ਤਰ੍ਹਾਂ ਉਹਨਾਂ ਨੂੰ ਇੱਜ਼ਤ ਨਾਲ ਕਰਾਂਗੇ, ਅਲਵਿਦਾਈ ਕਰਾਂਗੇ ਇਨਸ਼ਾਅੱਲਾ। ਬਾਕੀ ਸਾਡੇ ਅੱਜ ਇਕੱਠੇ ਹੋਣ ਦੇ ਕੋਈ ਮਕਾਸਦ ਵੀ ਆਏ ਕਿ ਤੇ ਸਾਡੀ ਰੂਟੀਨ ਬਣ ਜਾਏਗੀ, ਇਸ ਅੱਗੇ ਤੋਂ ਜਿਹੜਾ ਸਾਡੇ ਜੋ ਸੀਨੀਅਰ ਰਿਟਾਇਰ ਹੋਏਗਾ ਉਹਨੂੰ ਅਸੀਂ ਇੱਜ਼ਤ ਨਾਲ ਅਲਵਿਦਾਈ ਪਾਰਟੀ ਦੇਵਾਂਗੇ, ਠੀਕ ਹੈ ਨਾ? ਇੱਕ ਉੱਥੇ ਸਾਡੀ ਆਇਆ ਹੈ, ਅਤੇ ਦੂਸਰਾ ਸਾਡਾ ਆਈਡੀਆ ਜੇ ਮੇਨ ਮਕਸਦ ਹੈ, ਅਤੇ ਉਹ ਇੱਥੇ ਕਮੇਟੀ ਯਾਨੀ ਕਿ ਬਣਾਉਣੀ ਅਸੀਂ ਆਪਣੀ ਤਨਜ਼ੀਮ ਸਮੁੰਦਰੀ ਆਪਣੀ ਵੈਕਸੀਨੇਟਰਾਂ ਦੀ, ਤੁਸੀਂ ਤਨਜ਼ੀਮ ਬਣਾਉਣਾ ਚਾਹ ਰਹੇ ਹੋ? ਤਨਜ਼ੀਮ ਬਣਾਉਣਾ ਚਾਹ ਰਹੇ ਹਾਂ, ਤਾਂ ਕਿ ਜਿਹੜੇ ਕੋਈ ਮਸਲੇ ਮਸਾਇਲ ਹੁੰਦੇ ਬੰਦਾ ਇਕੱਠ ਹੋ ਕੇ ਸਾਰੇ ਇਕੱਠੇ ਕਰ ਲੈਣ, ਬਿਲਕੁਲ ਕਰ ਲੈਣ। ਦੂਸਰੀ ਗੱਲ ਆ, ਹਾਂਜੀ ਹਾਂਜੀ, ਇਹ ਨੇ ਮਾਸ਼ਾਅੱਲਾ ਸਾਡੇ DHQ ਸਮੁੰਦਰੀ ਦੇ MS ਸਾਹਿਬ। ਅਸਲਾਮ ਵਾਲੇਕੁਮ ਸਰ। ਮਾਸ਼ਾਅੱਲਾ DDH ਸਮੁੰਦਰੀ ਔਰ XDH DDH ਡਾਕਟਰ ਯੂਸਫ ਸਾਹਿਬ ਔਰ ਡਾਕਟਰ ਦਿਸ਼ਾਨ ਭੱਟ ਸਾਹਿਬ ਆ ਗਏ ਜੀ ਮਾਸ਼ਾਅੱਲਾ। ਉਹ ਦੇਖੋ ਪਿੱਛੇ ਰਹੂ, ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕੀਤਾ ਜਾਂਦਾ ਹੈ। ਤਲਾਬ ਦੇ ਪ੍ਰੋਗਰਾਮ ਪਾਰਟ ਲਈ ਇਹ ਮੈਂ ਦਾਅਵਾ ਦਿੱਤਾ ਹੂੰ ਕਿ ਹਮ ਦੀਨ ਅੱਲਾਹ ਸਾਹਿਬ ਨੂੰ ਆਏ ਹੋ ਤਲਾਬ ਦੇ ਪ੍ਰੋਗਰਾਮ ਪਾਰਟ। ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਬਿਸਮਿਲਲਾਹਿਰ ਰਹਿਮਾਨਿਰ ਰਹੀਮ, ਕੁਲ ਔਜ਼ੁ ਬਿਰੱਬਿ ਨਾਸ ਮਲਿਕਿ ਨਾਸ ਸਲਾਮ ਅਲੈਕੁਮ।
आसान आई एक मिनट पी एच पी का अमला सारा जी माशाल्लाह मुबारक साहब सी ऑफ का अमला जी आप सी डी साहब मलीक साहेब लेकिन यह है कि तुम्हारे में टेंशन फ्री दे असी मतलब ये मेरी 22 साल का साढ़ा थलक आ मतलब वास्ता उदू मतलब ये टेंशन फ्री है टेंशन
ਹਾਂਜੀ ਦੋਸਤੋ, ਸਾਰੇ ਦੋਸਤ ਵੀ ਆ ਗਏ, ਸਾਡੇ ਜਿਹੜੇ ਮੋਹਤਰਮ ਗੈਸਟ ਸਾਹਿਬ ਸੀ ਉਹ ਵੀ ਆ ਗਏ ਨੇ, ਸਾਰੇ ਮਾਸ਼ਾਅੱਲਾ ਬੈਠੇ ਹੋਏ ਨੇ, ਸਾਰੇ ਦੋਸਤ ਇੱਧਰ ਬੈਠੇ ਨੇ, ਵੈਕਸੀਨੇਟਰ ਦੂਸਰਾ ਅਮਲਾ ਵੀ DHQ ਦਾ ਬੈਠਾ ਹੋਇਆ ਸਾਰਾ, ਅਤੇ ਸਾਰੇ ਦੋਸਤ ਆ ਗਏ ਨੇ, ਹੁਣ ਤਾਂ ਬਸ ਖਾਣੇ ਦਾ ਇੰਤਜ਼ਾਰ ਹੈ। ਇਨਸ਼ਾਅੱਲਾ ਜਿਹੜੇ ਗਿਫਟ ਵਗੈਰਾ ਉਹਨਾਂ ਨੇ ਦੇਣਾ ਸੀ ਸਭਾਂ ਨੂੰ ਉਹ ਵੀ ਦੇ ਦਿੱਤੇ ਨੇ, ਅਤੇ ਹੁਣ ਮਾਸ਼ਾਅੱਲਾ ਜਲਦੀ ਖਾਣਾ ਆਏਗਾ ਹੁਣ, ਕਿਉਂਕਿ ਟਾਈਮ ਵੀ ਕਾਫੀ ਹੋ ਗਿਆ, ਅੱਧਾ ਘੰਟਾ ਲੇਟ ਹੋ ਗਏ ਹੈ। ਅਤੇ ਇਹ ਪਿੱਛੇ ਮੇਰੇ ਤੁਸੀਂ ਦੇਖਦੇ ਨੇ, ਸਾਰੇ ਸਾਹਿਬ ਬੈਠੇ ਹੋਏ ਨੇ ਸਾਰੇ, ਅਤੇ ਇਹ ਸਾਡਾ DHQ ਦਾ ਸਮਲਾ ਹੈ। ਮਾਸ਼ਾਅੱਲਾ ਅੱਜ ਇੱਕ ਅਲਵਿਦਾਈ ਪਾਰਟੀ ਹੈ, ਅਤੇ ਤਬਾਰਕ ਅਲੀ ਸਾਹਿਬ ਸਾਡੇ ਜਿਹੜੇ ਨੇ ASP ਸਾਹਿਬ ਰਿਟਾਇਰ ਹੋਏ ਨੇ। ਹਾਂਜੀ ਦੋਸਤੋ, ਖਾਣਾ ਸ਼ੁਰੂ ਹੋ ਗਿਆ ਮਾਸ਼ਾਅੱਲਾ ਜੀ। ਅਤੇ ਹਾਂਜੀ ਦੋਸਤੋ, ਅਲਵਿਦਾਈ ਪਾਰਟੀ ਸੀ ਮਾਸ਼ਾਅੱਲਾ ਖਤਮ ਹੋ ਗਈ ਹੈ, ਅਤੇ ਸਾਰੇ ਦੋਸਤ ਚਲੇ ਗਏ ਨੇ, ਸਾਹਿਬ ਜਿਹੜੇ ਆਏ ਸੀ ਉਹ ਵੀ ਚਲੇ ਗਏ ਨੇ, ਡਾਕਟਰ ਸਾਹਿਬ ਵੀ ਚਲੇ ਗਏ ਨੇ, ਭਾਈ ਤਬਾਰਕ ਸਾਹਿਬ ਜਿਹੜੇ ਰਿਟਾਇਰ ਹੋਏ ਨੇ ਉਹ ਵੀ ਚਲੇ ਗਏ ਨੇ, ਅਤੇ ਹੁਣ ਕੁਝ ਦੋਸਤ ਇੱਥੇ ਬੈਠੇ ਹੋਏ ਨੇ, ਸਾਰੇ ਦੋਸਤ ਇੱਧਰ ਬੈਠੇ ਹੋਏ ਨੇ, ਅਤੇ ਲਾਈਟਿੰਗ ਔਫ ਹੋ ਗਈ ਹੈ। ਅਤੇ ਠੀਕ ਹੈ ਜੀ ਦੋਸਤੋ, ਅੱਜ ਦਾ ਕਰਦੇ ਮੁਲਾਕਾਤ, ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ, ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਲਾਈਕ ਔਰ ਸਬਸਕ੍ਰਾਈਬ ਕਰੋ, ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ, ਅੱਲਾ ਹਾਫਿਜ਼।